ਸਾਡਾ ਅੱਜ ਇਸ ਮੀਟਿੰਗ ਦਾ ਮੁੱਖ ਉਦੇਸ਼ ਇਹ ਹੈ ਕਿ ਜਦੋਂ ਬ੍ਰਾਹਮਣ ਸਮਾਜ ਆਪਣੀਆਂ ਮੰਗਾਂ ਨੂੰ ਲੈ ਕੇ ਕਿਸੇ ਵੀ ਸਰਕਾਰ ਕੋਲ ਜਾਂਦਾ ਸੀ ਤਾਂ ਸਾਡੀਆਂ ਮੰਗਾਂ ਨੂੰ ਸੁਣਿਆ ਨਹੀਂ ਜਾਂਦਾ ਸੀ। ਜਦੋਂ ਬ੍ਰਾਹਮਣ ਸਭਾ ਪੰਜਾਬ ਨੇ ਰੈਜ਼ੋਲੂਸ਼ਨ ਪਾ ਕੇ ਕਾਂਗਰਸ ਸਰਕਾਰ ਕੋਲ ਆਪਣੀਆਂ ਮੰਗਾਂ ਲੈ ਕੇ ਗਈ ਕਿ ਸਾਡੀ ਸਮਾਜ ਦੀ ਸਭ ਤੋਂ ਵੱਡੀ ਮੰਗ ਹੈ ਕਿ ਅਸੀਂ ਆਪਣੇ ਬ੍ਰਾਹਮਣ ਸਮਾਜ ਦਾ ਭਲਾ ਤਾਂ ਕਰ ਸਕਦੇ ਹਾਂ ਜੇ ਸਾਡਾ ਆਪਣਾ ਕੋਈ ਬੋਰਡ ਹੋਵੇ, ਕਿਉਂਕਿ ਹਰ ਆਦਮੀ ਦਾ ਆਪਣਾ ਇੱਕ ਹਰ ਜੋ ਵੀ ਸਾਡਾ ਧਰਮ ਸੀ ਜਾਂ ਆਪਣੀ ਸਮਾਜ ਦਾ ਹਰ ਇੱਕ ਦਾ ਬੋਰਡ ਸੀ ਜੋ ਆਪਣੀਆਂ ਸਮੱਸਿਆਵਾਂ ਉਸ ਬੋਰਡ ਰਾਹੀਂ ਹੱਲ ਕਰਦੇ ਸੀ। ਸਾਡੇ ਬ੍ਰਾਹਮਣ ਸਮਾਜ ਦਾ ਕੋਈ ਬੋਰਡ ਨਹੀਂ ਸੀ। ਅਸੀਂ ਕਾਂਗਰਸ ਸਰਕਾਰ ਜਦੋਂ ਪਾਵਰ 'ਚ ਸੀ ਅਸੀਂ ਸਾਰੇ ਜਾਣੇ ਬ੍ਰਾਹਮਣ ਭਲਾਈ ਬੋਰਡ ਵਾਸਤੇ ਉਹਨਾਂ ਨੂੰ ਸੰਘਰਸ਼ ਕੀਤਾ ਤਾਂ ਕਾਂਗਰਸ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਮੰਨਦੇ ਹੋਏ ਬ੍ਰਾਹਮਣ ਭਲਾਈ ਬੋਰਡ ਬਣਾਇਆ। ਉਸਦੇ 7 ਮੈਂਬਰ ਬ੍ਰਾਹਮਣ ਸਮਾਜ 'ਚੋਂ ਲਿੱਤੇ ਗਏ। ਇਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਕਾਂਗਰਸ ਸਰਕਾਰ ਨੂੰ ਜੋ ਸਾਡੇ ਮਾਣਯੋਗ ਰਾਣਾ KP ਸਿੰਘ ਜੀ ਉਸ ਸਮੇਂ ਦੇ ਵਿਧਾਨ ਸਭਾ ਸਪੀਕਰ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਡਿਪਟੀ CM ਅਤੇ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜਦੋਂ CM ਬਣੇ ਤਾਂ ਅਸੀਂ ਸਾਡੇ ਭਗਵਾਨ ਪਰਸ਼ੂਰਾਮ ਜੀ ਦਾ ਸਥਾਨ ਜੋ ਫਗਵਾੜਾ ਵਿਖੇ ਖਾਟੀ ਪਿੰਡ ਹੈ ਉਹਨੂੰ ਅਸੀਂ ਉਸ ਵਾਸਤੇ ਅਤੇ ਸਾਡੀ ਮਾਤਾ ਰੇਣੂਕਾ ਜੀ ਦਾ ਸਥਾਨ ਰਕਾਸਣ ਅਸੀਂ ਉਸ ਵਾਸਤੇ ਕਾਂਗਰਸ ਸਰਕਾਰ ਦੇ ਇਹਨਾਂ ਸਾਰੇ ਲੀਡਰਾਂ ਨੂੰ ਬੇਨਤੀ ਕੀਤੀ ਤਾਂ ਸਾਡੀ ਆਵਾਜ਼ ਰੰਧਾਵਾ ਸਾਹਿਬ ਨੇ ਰਾਣਾ KP ਸਿੰਘ ਜੀ ਨੇ ਇਹਨਾਂ ਨੇ ਵਿਧਾਨ ਸਭਾ 'ਚ ਭਰੀ ਵਿਧਾਨ ਸਭਾ 'ਚ ਆਵਾਜ਼ ਉਠਾਈ। CM ਸਾਹਿਬ ਨੂੰ ਬੇਨਤੀ ਕੀਤੀ ਕਿ ਵੀ ਜੋ ਬ੍ਰਾਹਮਣ ਸਮਾਜ ਦੇ ਧਾਰਮਿਕ ਸਥਲ ਹੈ ਉਹਨਾਂ ਵਾਸਤੇ ਵੀ ਕੁਛ ਨਾ ਕੁਛ ਕੀਤਾ ਜਾਵੇ। CM ਸਾਹਿਬ ਤਾਂ CM ਸਾਹਿਬ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਰਦਾਰ ਰੰਧਾਵਾ ਮਿਸਟਰ ਰਾਣਾ KP ਸਿੰਘ ਜੀ ਦੇ ਕਹਿਣ 'ਤੇ ਸਾਨੂੰ 10 ਕਰੋੜ ਰੁਪਈਆ ਖਾਟੀ ਧਾਮ ਵਾਸਤੇ ਅਤੇ 75 ਲੱਖ ਰੁਪਈਆ ਪਿੰਡ ਰਕਾਸਣ ਵਾਸਤੇ ਜਾਰੀ ਕੀਤਾ ਜਿਨ੍ਹਾਂ ਦੀ ਡਿਵੈਲਪਮੈਂਟ ਚੱਲ ਰਹੀ ਹੈ। ਇਸ ਤੋਂ ਇਲਾਵਾ ਸਾਡੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ 'ਤੇ ਜਨਮ ਉਤਸਵ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਅਤੇ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਇਹਨਾਂ ਨੂੰ ਮਨਾਉਣ ਲਈ ਉਹਨਾਂ ਨੇ ਬ੍ਰਾਹਮਣ ਭਲਾਈ ਬੋਰਡ ਨੂੰ ਸਾਨੂੰ ਚਾਲੂ ਰੱਖਿਆ। ਲੇਕਿਨ ਅਫਸੋਸ ਕਿ ਵੀ ਜਿਉਂ ਹੀ ਨਵੀਂ ਸਰਕਾਰ ਆਈ ਉਹਨੇ ਸਭ ਤੋਂ ਪਹਿਲਾਂ ਬ੍ਰਾਹਮਣ ਭਲਾਈ ਬੋਰਡ ਭੰਗ ਕੀਤਾ, ਜਿਸ ਨਾਲ ਸਾਡੇ ਸਾਰੇ ਪੰਜਾਬ 'ਚ ਇੱਕ ਰੋਸ ਦੀ ਲਹਿਰ ਗਈ। ਅਸੀਂ ਸਰਕਾਰ 'ਚ ਜਾ ਕੇ ਬੇਨਤੀਆਂ ਵੀ ਕੀਤੀਆਂ ਕਿ ਵੀ ਸਾਡਾ ਤਾਂ ਇੱਕੋ ਇੱਕ ਸਥਾਨ ਬੜੀ ਮੁਸ਼ਕਲ ਨਾਲ ਅਸੀਂ ਇਹ ਬ੍ਰਾਹਮਣ ਭਲਾਈ ਬੋਰਡ ਬਣਾਇਆ ਸੀ, ਪਰੰਤੂ ਸਰਕਾਰ ਨੇ ਸਾਡੀ ਜੋ ਮੌਜੂਦਾ ਹੈ ਉਹਨੇ ਇੱਕ ਵੀ ਨਹੀਂ ਸੁਣੀ। ਮੈਂ ਆਪਣੇ ਸਮਾਜ ਨੂੰ ਇਹ ਅਪੀਲ ਕਰਦਾ ਕਿ ਵੀ ਇੱਕ ਵਕਤ ਆ ਗਿਆ ਜਿਹੜੀ ਸਰਕਾਰਾਂ ਨੇ ਜਿਹੜੇ ਬੰਦਿਆਂ ਨੇ ਸਾਡੇ ਸਮਾਜ ਲਈ ਬਹੁਤ ਕੁਛ ਕੀਤਾ
ਅਸੀਂ ਉਹਨਾਂ ਲਈ ਕੁਛ ਕਰੀਏ, ਅਸੀਂ ਉਹਨਾਂ ਦੇ ਹੱਕ 'ਚ ਕੁਛ ਨਾ ਕੁਛ ਫਤਵਾ ਜਾਰੀ ਕਰੀਏ ਤਾਂ ਕਿ ਜੇ ਸਾਡੀ ਸੁਣੇਗੀ ਤਾਂ ਇਹ ਬੰਦੇ ਹੀ ਸੁਣਨਗੇ। ਮੈਂ ਇਸੇ ਕਰਕੇ ਸਾਰੇ ਪੰਜਾਬ ਦਾ ਦੌਰਾ ਕੱਢ ਰਿਹਾ ਤਾਂ ਕਿ ਸਾਰੇ ਪੰਜਾਬ ਵੱਲੋਂ ਔਰ ਸਾਡੀਆਂ ਬ੍ਰਾਹਮਣ ਸਭਾਵਾਂ ਵੱਲੋਂ ਜਿਹੜਾ ਹੈ ਉਹ ਸਮਰਥਨ ਦਿੱਤਾ ਜਾ ਸਕੇ ਕਾਂਗਰਸ ਸਰਕਾਰ। ਮੈਂ ਅੱਜ ਸਾਡੇ ਉਰੇ ਤੁਹਾਡੇ ਗੁਰਦਾਸਪੁਰ ਹਲਕੇ ਤੋਂ MP ਦੇ ਇਲੈਕਸ਼ਨ ਵਿੱਚ ਖੜ੍ਹੇ ਸਰਦਾਰ ਸੁਖਜਿੰਦਰ ਸਿੰਘ ਜੀ ਦੇ ਰੰਧਾਵਾ ਜੀ ਦੇ ਹੱਕ ਵਿੱਚ ਆਇਆ ਅਤੇ ਮੈਂ ਅਪੀਲ ਕਰਨਾ ਆ ਰਿਹਾ ਸ਼ੁਰੂ ਤੋਂ ਪਠਾਨਕੋਟ ਤੋਂ ਲੈ ਕੇ ਉਰੇ ਤੱਕ ਕਿ ਵੀ ਇਹ ਸਾਡਾ ਵਕਤ ਹੈ। ਅਸੀਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਜਿਨ੍ਹਾਂ ਨੇ ਸਾਡੀਆਂ ਬਹੁਤ ਬੇਨਤੀਆਂ ਸਵੀਕਾਰ ਕੀਤੀਆਂ ਜਦੋਂ ਉਹ ਪਾਵਰ 'ਚ ਸੀਗੇ, ਉਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਉਹ ਜਦੋਂ MP ਬਣ ਕੇ ਆਉਣ ਤਾਂ ਸਾਡਾ ਜਿਹੜਾ ਸਮਾਜ ਹੈ ਉਸਨੂੰ ਫਿਰ ਉੱਚਾ ਚੱਕਣ। ਨਹੀਂ, ਪਾਰਟੀਆਂ ਦਾ ਤਾਂ ਕੋਈ ਆਪਣੇ ਵਿੰਗ ਹੁੰਦੇ ਆ, ਪਾਰਟੀਆਂ ਦੇ ਪੋਲੀਟਿਕ, ਸਾਡੀ ਜਿਹੜੀ ਸਭਾ ਹੈ ਇਹ ਪੋਲੀਟੀਕਲ ਪਾਰਟੀ ਨਹੀਂ ਹੈ। ਜਿਹੜੇ ਤੁਸੀਂ ਵਿੰਗ ਕਰਦੇ ਹੋ ਇਹ ਹਰੇਕ ਪੋਲੀਟੀਕਲ ਪਾਰਟੀ ਦਾ ਆਪਣਾ ਵਿੰਗ ਹੁੰਦਾ ਵੀ ਇਹ ਬ੍ਰਾਹਮਣ ਵਿੰਗ ਹੈ, ਇਹ SC ਵਿੰਗ ਹੈ, ਇਹ ਦੂਸਰਾ ਵਿੰਗ ਹੈ। ਉਹ ਆਪਣੇ ਵਿੰਗਾਂ ਤੋਂ ਜੋ ਮਰਜ਼ੀ ਜਾਰੀ ਕਰਵਾਉਣ, ਪਰ ਜਿਹੜੀ ਬ੍ਰਾਹਮਣ ਸਭਾ ਹੈ ਨਿਰੋਲ ਇੱਕ ਧਾਰਮਿਕ ਸਭਾ ਹੈ ਔਰ ਕਿਉਂਕਿ ਸਾਡੀਆਂ ਮੰਗਾਂ ਜਿਹਨੇ ਮੰਨੀਆਂ ਅਸੀਂ ਸਿਰਫ ਉਹਨਾਂ ਨੂੰ ਸਮਰਥਨ ਦੇਣ ਦੀ। ਕਾਂਗਰਸ ਨੂੰ ਫਾਇਦਾ ਜ਼ਰੂਰ ਹੋਏਗਾ ਜੀ ਇਸ ਗੱਲ ਦਾ, ਕਿਉਂਕਿ ਜਿਹੜੇ ਬੰਦਿਆਂ ਨੇ ਸਾਡੇ ਸਾਨੂੰ ਸਾਡੇ ਸਮਾਜ ਨੂੰ ਇੰਨਾ ਫਾਇਦਾ ਦਿੱਤਾ ਕਿ ਜਿਸ ਨਾਲ ਜੇ ਬ੍ਰਾਹਮਣ ਭਲਾਈ ਬੋਰਡ ਹੋਂਦ 'ਚ ਰਹਿੰਦਾ ਤਾਂ ਅਸੀਂ ਆਪਣੇ ਬ੍ਰਾਹਮਣ ਸਮਾਜ ਦੇ ਜਿੰਨੇ ਪਿਛੜੇ ਵਰਗ ਬ੍ਰਾਹਮਣ ਸਮਾਜ ਦੇ ਪਿਛੜੇ ਵਰਗ ਦੇ ਬੱਚੇ ਸੀ ਉਹਨਾਂ ਨੂੰ ਵਜ਼ੀਫੇ, ਉਹਨਾਂ ਦੀਆਂ ਪੜ੍ਹਾਈਆਂ, ਉਹਨਾਂ ਨੂੰ ਕੋਈ ਮੈਡੀਕਲ ਸਹਾਇਤਾ ਜਾਂ ਉਹਨਾਂ ਨੂੰ ਨੌਕਰੀ ਦਿਵਾਉਣ 'ਚ, ਅਸੀਂ ਉਸ ਬੋਰਡ ਰਾਹੀਂ ਕੰਮ ਕਰਨਾ ਸੀ ਜਿਹੜਾ ਬੋਰਡ ਭੰਗ ਹੋ ਗਿਆ। ਨਹੀਂ, ਰਾਮ ਮੰਦਰ ਤਾਂ ਸਭ ਦਾ ਸਾਂਝਾ ਜੀ, ਉਹ ਤਾਂ ਕਿਸੇ ਇੱਕ ਵਿਸ਼ੇਸ਼ ਧਰਮ ਜਾਂ ਇੱਕ ਵਿਸ਼ੇਸ਼ ਕਿਸੇ ਸਮੁਦਾਇ ਨਾਲ ਨਹੀਂ ਜੁੜਿਆ ਹੋਇਆ। ਰਾਮ ਮੰਦਰ ਇੱਕ ਐਸਾ ਨਾਮ ਹੈ ਰਾਮ ਜਿਹੜਾ ਹਰੇਕ ਬੰਦੇ ਦੇ ਹਿਰਦੇ 'ਚ ਵਸਿਆ ਹੋਇਆ, ਉਹ ਚਾਹੇ ਕੋਈ ਪਾਰਟੀ ਨਾਲ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੋਵੇ ਉਸਦਾ ਇਸ ਨਾਲ ਕੋਈ ਤਰ੍ਹਾਂ। ਇਹ ਉਹਨਾਂ ਨੂੰ ਪਤਾ ਹੋਣਾ, ਅਸੀਂ ਬਥੇਰੇ ਜਵਾਬ ਪੁੱਛੇ ਉਹਨਾਂ ਤੋਂ, ਉਹਨਾਂ ਕੋਲ ਜਵਾਬ ਹੈ ਨਹੀਂ। ਅਸੀਂ ਸਰਕਾਰਾਂ ਕੋਲ ਗਏ ਕਿ ਵੀ ਇਹ ਬੋਰਡ ਕਿਉਂ ਭੰਗ ਕਰਤੇ, ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਹੈ ਕਿਸੇ ਗੱਲ ਦਾ। ਥੈਂਕ ਯੂ।